ਹੁਸ਼ਿਆਰਪੁਰੀ ਮੁੰਡਾ ਮੁੰਬਈ ਕਿਵੇਂ ਪਹੁੰਚਿਆ? ਭਾਜੀ 14 ਸਾਲ ਹੋ ਗਏ ਮੁੰਬਈ ਜੀ ਹੁਣ। ਫਿਰ ਤਾਂ ਉਹੀ ਰਾਂਝੇ ਦੇ ਜੋਗ ਵਾਲੀ ਗੱਲ ਹੀ ਹੋ, ਕਾਗਜ਼ ਤੇ ਲਿਖਿਆ ਹੋਇਆ ਉਹਨੂੰ ਮਿਟਾ ਕੇ ਦੁਬਾਰਾ ਲਿਖਣਾ ਉੱਤੇ ਕੁਝ ਉਹ ਫਿਰ ਜ਼ਰਾ ਹੋਰ ਡਿਫਿਕਲਟ ਹੋ ਜਾਂਦਾ ਨਾ। ਤੁਸੀਂ ਦੱਸਦੇ 14 ਸਾਲ ਹੋ ਗਏ ਮੁੰਬਈ ਗਿਆ ਨੂੰ, ਲਾਲ ਸਿੰਘ ਦਿਲ ਗਾ ਰਹੇ ਹੋ, ਗੁਰਤੇਜ ਕਹਾਰਵਾਲਾ ਨੂੰ ਗਾ ਰਹੇ ਹੋ, ਬਲਕਾਰ ਔਲਖ ਦੇ ਨਾਲ ਜੁਗਲਬੰਦੀ ਕਰ ਰਹੇ ਹੋ, ਤੇ ਮਤਲਬ ਕਹਿ ਸਕਦੇ ਆ ਕਿ ਇਹ ਜਿਹੜਾ ਉਹਨਾਂ ਚੀਜ਼ਾਂ ਨਾਲ ਤੁਸੀਂ ਕਿਵੇਂ ਜੁੜੇ ਰਹੇ? ਜਿਹੜਾ ਬੰਦਾ ਅੱਛਾ ਮਿਊਜ਼ਿਕ ਸਿੱਖਦਾ ਹੈ, ਸੁਣਦਾ ਹੈ ਜੀ, ਉਹ ਅੱਛਾ ਸਾਹਿਤ ਵੀ ਸਮਝੂਗਾ। ਉਹ ਸਾਡੇ ਦਾ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਸੀ ਤਦੋਂ ਮੰਨਿਆ ਜਾਂਦਾ ਸੀ ਕਿ ਰਜਿੰਦਰ ਜੌਹਲ ਵਰਗਾ ਸਟੇਜ ਦਾ ਧਨੀ ਬੰਦਾ ਹਾਲੇ ਤੱਕ ਇਸ ਯੂਨੀਵਰਸਿਟੀ ਦੇ ਵਿੱਚ ਆਇਆ ਨਹੀਂ। ਆਮ ਤੌਰ 'ਤੇ ਨਾ ਮੁੰਬਈ ਬਾਰੇ ਮਤਲਬ ਬੜੇ ਉਸ ਕਿਸਮ ਦਾ ਜਿਹੜਾ ਚਰਚਾ ਹੁੰਦੀ ਆ, ਕਈ ਕਹਿ ਦਿੰਦੇ ਆ ਵੀ ਯਾਰ ਇੱਥੇ ਟੈਲੈਂਟ ਇੱਦਾਂ ਗਵਾਚ ਜਾਂਦਾ, ਇੱਥੇ ਬਚਾ ਕੇ ਰੱਖਣਾ ਬੜਾ ਖੁਦ ਨੂੰ ਬੜਾ ਔਖਾ ਗਾ ਇਸ ਮਹਾਨਗਰ ਦੇ ਵਿੱਚ। ਦੂਸਰੇ ਤਰੀਕੇ ਦੇ ਜਿਹੜੇ ਗਾਣੇ ਵੀ ਹੁੰਦੇ ਜਿਹਨਾਂ ਦੀ ਆਪਾਂ ਗੱਲ ਕਰਦੇ ਨਾ, ਉਹ ਸ਼ਾਇਦ ਮੈਨੂੰ ਸੂਟ ਵੀ ਨਹੀਂ ਕਰਦੇ। ਪੰਜਾਬ ਦੇ ਵਿੱਚ ਸਾਡੀ ਮਿੱਟੀ ਦੇ ਵਿੱਚ ਬਹੁਤ ਕੁਛ ਆ, ਇਸ ਕਰਕੇ ਇੰਟਰੋਡਿਊਸ ਕਰਾਉਂਦੇ ਆ ਇੱਥੇ ਬੱਚੇ ਨੂੰ ਮਿਊਜ਼ਿਕ ਦੇ ਨਾਲ ਕਿ ਉਸ ਅੱਛਾ ਮਿਊਜ਼ਿਕ ਸੁਣੇ ਤੇ ਸਮਝੇ। ਸਾਡੇ ਭਲਵਾਨਾਂ ਦੇ ਖਾੜੇ ਛੱਡ ਦਿੰਦੇ ਜਵਾਕਾਂ ਨੂੰ, ਜਾਂ ਸਾਡੇ ਉਹ ਕਲਚਰ ਦੇ ਕੰਮ ਹੁੰਦਾ ਨਾ, ਚੇਂਜ ਹੋ ਜਾਂਦਾ ਜੀ। ਜਿੰਨਾ ਕੰਟੈਂਟ ਪੰਜਾਬ ਦੇ ਵਿੱਚ ਬਣਦਾ ਪਿਆ ਮਿਊਜ਼ਿਕ ਰਿਲੇਟਡ, ਉਹ ਮੇਰੇ ਖਿਆਲ ਨਾਲ ਹੋਰ ਕਿਸੇ ਇੰਡਸਟਰੀ 'ਚ ਨਹੀਂ ਬਣਦਾ ਪਿਆ। ਉਹ ਗਵਰਨਮੈਂਟ ਜੌਬ ਸੀਗੇ ਸਾਰੇ, ਬਟ ਕੋਈ ਤਬਲਾ ਬਜਾ ਰਿਹਾ, ਕੋਈ ਹਾਰਮੋਨੀਅਮ ਬਜਾ ਰਿਹਾ, ਕੋਈ ਸਿਤਾਰ ਬਜਾ ਰਿਹਾ। ਸਾਡੀ ਤਾਲੀਮ ਵੀ ਉੱਥੇ ਬੱਚਿਆਂ ਦੀ ਅੱਛੀ ਹੋਈ ਤਾਂ ਸੋਚੋ ਕਿਹੋ ਜਿਹੇ ਕਲਾਕਾਰ ਉੱਥੋਂ ਨਿਕਲਣਗੇ। ਹਸਰਤ ਮੇਰਾ ਨਾਮ ਭਾਜੀ ਮੇਰੇ ਦੋਸਤਾਂ ਨੇ ਦਿੱਤਾ ਸੀਗਾ। ਕੱਪਾ ਟੀਵੀ ਉਹ ਤਾਂ ਇੱਕ ਪ੍ਰੋਪਰ ਜਿਵੇਂ ਕੋਕ ਸਟੂਡੀਓ ਹੈਗਾ, ਇੱਦਾਂ ਹੈਗਾ, ਉੱਥੇ ਤੁਸੀਂ ਲਾਈਵ ਗਾਉਣਾ, ਉਹ ਲਾਈਵ ਰਿਕਾਰਡ ਕਰਦੇ ਹੋ। ਅਸੀਂ ਰਿਕਾਰਡਿੰਗ ਸੁਣਦੇ ਇੰਨਾ ਅਸਰ ਨਹੀਂ ਲੱਗਦਾ ਕਿਉਂਕਿ ਰਿਕਾਰਡਿੰਗ ਫਿਰ ਵੀ ਰਿਕਾਰਡਿੰਗ, ਪਰ ਜਦੋਂ ਤੁਸੀਂ ਉਹਨਾਂ ਨੂੰ ਸਾਹਮਣੇ ਸੁਣਦੇ ਆ ਨਾ ਤਾਂ ਉਹ ਇੱਦਾਂ ਜਿੱਦਾਂ ਨੋਟ ਖਿੱਚਦੇ ਸੀਗੇ ਤੇ ਇੱਦਾਂ ਲੱਗਦਾ ਸੀ ਕਿ ਯਾਰ ਰੂਹ ਵੀ ਨਿਕਲ ਕੇ ਨਾਲ जा रही हो ना। उन्होंने एक दिन गल कही कि ये जो रियाज है ना वो कड़वी दवाई की तरह होता है। प्लेन जा रहा, प्लेन कितना फास्ट जाता है, बट जेडे उहदे अंदर बैठे होंदे उन्हां नूं नहीं अंदाजा होंदा कि इहदी तेजी किन्नी है ना, कितना तेज है। कहंदे गाना इतना स्मूथ होना चाहिए कि समझ में ना आए लोगों को कि यार ये बंदा मुश्किल से गा रहा है। तुसी तय कर रहे हैं ना, सफर तय कर रहे हैं पिछले 14 सालों तो मुंबई घर छड्ड के तुसी बैठे कल्ला कल्ला स्टैप कल्ली कल्ली पौड़ी चढ़ रहे हैं। एक पासे बंदा पैराशूट राही एक गीत बनाउंदा ते ओह गीत हिट हो जांदा। अपना ही स्टूडेंट हुंदा कई वेले ओह तुहानूं इदां दी गल कह दिंदा भी तुहानूं सोचण ते मजबूर कर दिंदा यार, हां यार ये मैं नहीं सोचिया ना। हैदराबाद मैं गया, आई एम टेलिंग यू, मैं उत्थे ਉਹਨਾਂ ਨੇ ਮੈਨੂੰ ਸਾਹਮਣੇ ਫਰਮਾਇਸ਼ ਕੀ ਆ ਰਹੀ ਸੀ ਕਿ ਹੀਰ ਸੁਣਾਓ ਜੋੜੀ। ਮੈਨੂੰ ਇਸ ਕਰਕੇ ਬਹੁਤ ਖੂਬਸੂਰਤ ਲੱਗੀ ਕਿ ਤੁਸੀਂ ਮਤਲਬ ਰੀਪ੍ਰੈਜ਼ੈਂਟ, ਦੇਖੋ ਤੁਸੀਂ ਪੰਜਾਬ ਨੂੰ ਰੀਪ੍ਰੈਜ਼ੈਂਟ ਕਰਦੇ ਆ, ਉਹ ਮਹਾਰਾਸ਼ਟਰ ਨੂੰ, ਮਰਾਠੀ ਨੂੰ ਕਰਦੇ ਆ, ਫਿਰ ਇਕੱਠੇ ਸੰਯੁਕਤ ਰੂਪ ਦੇ ਵਿੱਚ ਤੁਸੀਂ ਸਾਂਝੇ ਬਣ ਜਾਂਦੇ ਹਨ। ਹਸਰਤ ਜਿੱਥੇ ਅੱਜ ਖੜਾ, ਇੱਥੋਂ ਆਪਣੀ ਅਗਲੀ ਜਰਨੀ ਨੂੰ ਕਿਵੇਂ ਦੇਖਦਾ? ਅੱਜ ਤੁਹਾਡੇ ਗੀਤ ਨੂੰ, ਅੰਬਰੇਸ਼ ਨੂੰ ਬੜੀ ਮੁਹੱਬਤ ਮਿਲੀ ਆ ਪੰਜਾਬੀਆਂ ਨੇ, ਜਿਹੜੇ ਇੱਕ ਚੰਗਾ ਸੰਗੀਤ ਸੁਣਨ ਵਾਲੇ ਆ ਨਾ, ਉਹਨਾਂ ਸਾਰਿਆਂ ਨੇ ਇਹ ਗੀਤ ਨੂੰ ਮਤਲਬ ਹੱਥਾਂ 'ਤੇ ਚੱਕਿਆ। अच्छा म्यूजिक सुनो, अच्छा साहित्य पढ़ो और अपने गांव आने वाली जनरेशन को कुछ अच्छा दइए जिन्हू मतलब सानू भी याद करन बाद कि यार कुछ अच्छा करके गए है ना। खुशी अंदर भी हुंदी ए न चौंदे ढोल नहीं कल्ले ना मन विच सहजता होवे ता जानदे बोल नहीं चल्ले नजर रमणीक ना होवे ता सोहणियां थावां नहीं हुंदियां गले उन्हां ते लग वेखो जिन्हां दे पावां नहीं हुंदियां उन्हां दे गल नूं लग वेखो जिन्हां दे पावां नहीं हुंदियां गले उन्हां ते लग वेखो जिन्हां दे पावां नहीं हुंदियां उन्हां दे गल नूं लग वेखो जिन्हां दे पावां नहीं हुंदियां। एंजड पंजाबी न्यूज़ ਅਤੇ ਅਣਖੀਲਾ ਪੰਜਾਬ ਟੀਵੀ ਨਾਲ ਸੰਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਵਾਲੇ तमाम ਦਰਸ਼ਕਾਂ ਦਾ ਤੇ ਇਸ ਤੋਂ ਬਾਅਦ ਇਸ ਨੂੰ ਆਡੀਓ ਰੂਪ ਦੇ ਵਿੱਚ ਸੁਣਨ ਵਾਲੇ तमाम ਸਰੋਤਿਆਂ ਦਾ ਮੈਂ ਤਰਨਦੀਪ ਬਿਲਾਸਪੁਰ ਸਵਾਗਤ ਕਰਦਾ। ਇਹ ਪ੍ਰੋਗਰਾਮ ਕਿਸੇ ਇੱਕ ਕਹਿ ਸਕਦੇ ਹਾਂ ਕਿ ਫਾਰਮੈਟ ਦੇ ਉੱਤੇ ਆਧਾਰਿਤ ਨਹੀਂ, ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਅਸੀਂ ਸੰਵਾਦ ਹੀ ਰਚਾਉਂਦੇ ਹਾਂ ਇੱਕ ਦੂਜੇ ਨਾਲ ਕੀ ਕੁਛ ਸਾਡੇ ਆਲੇ ਦੁਆਲੇ ਚੱਲ ਰਿਹਾ। ਤੇ ਪਿਛਲੇ ਕੁਝ ਦਿਨਾਂ ਤੋਂ ਸੰਗੀਤ ਦੇ ਨਾਲ जुड़िया शख्सियतां जां कह सकते हैं कि अदब के नाल जुड़िया शख्सियतां दे नाल लगातार गलबात हो रही है। असी सारे ने अंबरेश गीत सुनिया सी, हरजिंदर जौहल होरां दे नाल भी गलबात सुनी सी, पर उस गीत नूं खूबसूरत बनाउण वाले, उस गीत नूं चार चंद लाउण वाले सो गायक हसरत होरां दे नाल गलबात करांगे, उन्हां दी जर्नी बारे गलबात करांगे। हरप्रीत तो हसरत तक का सफ़र उन्होंने तो जाणांगे ते नाल दी नाल ये गीत राही बहुत सारे मेरी वंग बहुत सारे दोस्तों ने पहली बार हसरत नूं सुनिया होना तो कईयां ने तो पहला भी उन्होंने सुनिया होना पर इस बाकमाल जो मैं उन्होंने फरोलिया उन्होंने यूट्यूब फरोलिया उन्होंने पुराने गीत देखे तो एक बहुत लंबी चौड़ी यात्रा हैगी आ हसरत होरां दी। सो जिहदे विच पंजाबी दे बाकमाल वो गीत जां वो शायर जिन्हों कह सकते हैं कि बहुत मुहब्बत मिली है पर उन्होंने गीत उस रूप के उन्होंने नज़मां उन्होंने कवितावां उस रूप के रिकॉर्ड नहीं हो पाई जिस रूप के होनिया चाहिए सी तो ये उत्ते भी कोशिश जिहड़ी हैगी है कि वो हसरत होरां ने कीती है। अज कुछ पंजाबी अदब पंजाबी साहित नूं मुहब्बत करने वाले लोगों को थोड़े जिहे लांभे भी देने हैं तो कुछ होर गल्लां बातां भी करनियां। हसरत होरां दे बारे जे गल करनी होवे तां इह होशियारपुर जिन्हों आपां सारे जानते हैं कि शिवालिक दियां पहाड़ियां दी गोद दे विच बसिया होया बड़ा खूबसूरत जिहा खिता है ना। सो सारे पंजाब तो एक वक्री तस्वीर रखता तो थोड़ा जा कह सकते हैं कि पहाड़ी रंग भी है थोड़ा पंजाब का रंग भी है उत्थों की अपनी एक किस्म की अलग खूबसूरती है। उत्थों जर्नी तय करके हसरत होरी मुंबई जिन्हों अजकल मुंबई कहने हैं कितें बंबे वजदा सी कितें बंबई हो गया सो उत्थे रहिंदे ने उत्थे अपना जिहड़ा कह सकते हैं कि संगीत सिख भी रहे ने सिखा भी रहे ने ते अपनी किस्मत अजमा भी रहे ने। सो वो सफ़र बारे भी गलबात करांगे। सो हसरत साडे नाल जुड़ गए ने। सो हसरत जी सब तो पहला स्वागत है जी आया नूं संवाद प्रोग्राम दे विच। सत श्री अकाल भाजी बहुत बहुत शुक्रिया सारे सुन रहे देख रहे सारे श्रोतियां नूं मेरे वालों सत श्री अकाल जी जी। सो पहला तो मैनूं ये दसो कि हुशियारपुरी मुंडा मुंबई किवें पहुंचिया क्योंकि बिल्कुल तस्वीर वक्री है कित्थे ओह इमारतां दा शहर ਵੱਡੀਆਂ ਗਗਨਚੁੰਬੀ ਇਮਾਰਤਾਂ ਜਿਹਨੂੰ ਕਹਿੰਦੇ ਪੱਥਰਾਂ ਦਾ ਸ਼ਹਿਰ ਕਹਿੰਦੇ ਆ ਕਿੱਥੇ ਇੰਨਾ ਸੋਹਣਾ ਪੰਜਾਬ ਦਾ ਸਭ ਤੋਂ ਖੂਬਸੂਰਤ ਖਿੱਤਾ ਜੀ। ਭਾਜੀ ਮੁੰਬਈ ਕਿਸਮਤ ਲੈ ਕੇ ਆਈ ਆ ਇਦਾਂ ਹੀ ਕਹਿਣਾ ਚਾਹੀਦਾ ਮੈਨੂੰ। ਐਕਚੁਅਲੀ ਮੇਰਾ ਮੈਨੂੰ ਸ਼ੌਕ ਸੀਗਾ ਇੰਡੀਅਨ ਕਲਾਸੀਕਲ ਮਿਊਜ਼ਿਕ ਸਿੱਖਣ ਦਾ ਤੇ ਸ਼ੁਰੂਆਤੀ ਤਾਲੀਮ ਪੰਜਾਬ ਤੋਂ ਪਿੰਡ ਤੋਂ ਮੇਰੇ ਉਸਤਾਦ ਜੀ ਸ਼੍ਰੀ ਚੰਦਨ ਦਵੇਦੀ ਜੀ ਉਹਨਾਂ ਕੋਲੋਂ ਸ਼ੁਰੂ ਕੀਤੀ ਮੈਂ ਤੇ ਉਸ ਤੋਂ ਬਾਅਦ ਫਿਰ ਜਿਹੜੀ ਅੱਗੇ ਦੀ ਤਾਲੀਮ ਸੀ ਮੇਰੇ ताया जी ने सरदार चरणजीत सिंह जी उन्होंने कहा भी यार तू मुंबई जा है ना अपनी फर्जी तालीम ली ते मैं कोई जानदा नहीं सी इत्थे और मुंबई सिर्फ फिल्मां च ही सुनिया सीगा और मेरी उम्र भी मेरे ख्याल ना उस समय कुछ 16-17 साल की उम्र सीगी ते थोड़ा मम्मी होना नूं भी होया कि यार किदां भी इहनूं भेजिए जां ना भेजिए। खैर पर वो किस्मत सीगी कि मैं मेरे गुरु जी पंडित अरविंद पारिक जी पूर्वी पारिक जी उन्होंने मिलना सीगा इत्थे ते उत्थों सबब बणिया ते मैं मुंबई नामधारी धर्मशाला गुरुद्वारा साहब इत्थे माटुंगा च सीगा उत्थे मैं आ गया। कदों कितना टाइम पहला पहुंचे तुसीं इत्थे? मैनूं मेरे ख्याल नाल भाजी 14 साल हो गए मुंबई जी हुण। अच्छा जी बड़ा 13-14 साल हां जी फिर तो ओही रांझे दे जोग वाली गल ही हो गई है जी। बिल्कुल भाजी काम इदां दा म्यूजिक और क्लासिकल खास तौर ते म्यूजिक काम इदां दा कि समा बहुत लैंदा है ना जिहड़ी तालीम हैगी उहदे विच समय दा बड़ा हैगा जरूरत भी पैंदी है और शुरुआती दौर दे विच जिद्दां साडी पंजाब तालीम होई सीगी इत्थे आके उह सारा पैटर्न बखरा हो जांदा ते उह जिहड़ा इक कागज़ ते लिखिया होया उहनूं मिटा के दुबारा लिखना उत्ते कुछ हो फिर जरा होर डिफिकल्ट हो जांदा ना ते उहदे करके समां भी ज़्यादा लग्गिया। मैनूं दसो तुसीं हुण मुंबई दे विच रह रहे हो बिल्कुल मैं तुहाडी आवाज़ तो भी इदां लगदा कि प्लेबैक सिंगिंग दे लई बहुत बाकमाल जिहड़ी हैगी कि तुहाडी आवाज़ आ है ना उहदी भी आपां सुणांगे विच ते गीत सारिआं ने अंबरेश सुणी लिया हैगा पर फिर नाल दी नाल मैं तुहाडी फिर सारा फरोलिया ते तुसीं एक पासे तुसीं दसदे हो 14 साल हो गए मुंबई गया नूं लाल सिंह दिल गा रहे हो गुरतेज कहारवाला नूं गा रहे हो बलकार औलख दे नाल जुगलबंदी कर रहे हो ते मतलब कह सकते हैं कि ਇਹ ਜਿਹੜਾ ਉਹਨਾਂ ਚੀਜ਼ਾਂ ਨਾਲ ਤੁਸੀਂ ਕਿਵੇਂ ਜੁੜੇ ਰਹੇ ਇਹ ਇੱਕ ਮੈਨੂੰ ਸਭ ਤੋਂ ਜਿਹੜਾ ਪਲੱਸ ਪੁਆਇੰਟ ਇਹੀ ਲੱਗਿਆ ਨਹੀਂ ਤਾਂ ਜਾ ਕੇ ਨਾ ਬੰਦਾ ਇਹ ਚੀਜ਼ਾਂ ਤੋਂ ਟੁੱਟ ਜਾਂਦਾ ਤੇ ਮੈਂ ਤੁਹਾਡੀ ਜਿੰਨੀ ਵੀ ਗਾਇਕੀ ਮੈਂ ਫਰੋਲੀ ਜਿੰਨਾ ਕਿ ਵੀ ਮੈਂ ਤੁਹਾਨੂੰ ਸੁਣਿਆ ਮੈਨੂੰ ਲੱਗਦਾ ਕਿ ਪੰਜਾਬੀ ਅਦਬ ਜਾਂ ਪੰਜਾਬੀ ਦਾ ਜਿਹੜਾ ਉਹ ਸਰਮੌਰ ਰੰਗ ਆ ਉਹਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਰੰਗੇ ਹੋਏ। ਨਹੀਂ ਭਾਜੀ ਉਹ ਤਾਂ ਕੀ ਕਹਿਣਾ ਚਾਹੀਦਾ ਸਾਡੇ ਅੰਦਰ ਹੈਗੀ ਹੈ ਜਿਹੜੀ ਸਾਡੀ ਜ਼ੁਬਾਨ ਹੈਗੀ ਉਹ ਤਾਂ ਰਹੇਗੀ ਰਹਿਣੀ ਹੈ ਸਾਡੇ ਨਾਲ ਬਟ ਇਹਦਾ ਮੇਨ ਮੇਰੇ ਖਿਆਲ ਨਾਲ ਇਹਦਾ ਕਾਰਨ ਇਹ ਆ ਜਿਹੜਾ ਮੈਂ ਮੰਨਦਾ ਜਿਹੜਾ ਬੰਦਾ ਅੱਛਾ ਮਿਊਜ਼ਿਕ ਸਿੱਖਦਾ ਹੈ ਸੁਣਦਾ ਹੈ वो अच्छा साहित्य भी समझूगा वो। ਜਿਹੜਾ ਬੰਦਾ अच्छा म्यूजिक नहीं सुनता, अच्छा म्यूजिक सीखा नहीं ਉਹਨੂੰ, ਉਹ ਉਸੇ ਤਰੀਕੇ ਦੇ गाने सिलेक्ट करूगा है ना। बट मेरा मैं ਬਹੁਤਾ ਕੀ ਕਹਿਣਾ ਚਾਹੀਦਾ, मैं किताब नहीं पढ़ता या मैं कुछ इस तरीके का कुछ बट एक ਉਹਦੇ ਵਿੱਚ मेरी किस्मत ਇਹ भी करके चंगी है क्योंकि मेरा आस पास ਜਿਹੜਾ ਨਾ ਉਹ सारे लोग मेरे ਨਾਲ ਉਸੇ ਤਰੀਕੇ ਦੇ जुड़े हुए ਨੇ। बिल्कुल जिवें हरजिंदर भाजी आ, मनी भाजी आ, फिर मेरे ब्रदर ने गुरमुखप्रीत सिंह हुनी, इस तरीके दे लोग मेरे आस पास ने जिहड़े मैनूं हमेशा चंगियां चीज़ां ही सुणाउंदे ने ते ओह इसे करके फिर मेरा जिहड़ा की कहना चाहिदा और मेरा मेरी रूह भी क्योंकि जिहड़ा क्लासिकल म्यूजिक भी हैगा है ना वो तुहानूं एक ठहराव लियाउंदा तुहाडी पर्सनैलिटी च ना, ते ओहदे करके मेरे ख्याल मैनूं साहित्य भी इसे तरीके दा फिर थोड़ा ज्यादा पसंद आउंदा। ते जिवें हुण तुसीं हरजिंदर जौहल होरां दी गलबात कर ही लई आ, सो नाल दी नाल फिर अंबरेश दा भी जिक्र होवे तो पहलां भी तुसीं उन्हां दा एक गीत गाया है कि मैं वो भी सुन रहा सीगा, ते फिर इन्हां नाल किवें सवाब बणिया क्योंकि साडे दा जदों असीं यूनिवर्सिटी पढ़दे सी तदों मन्निया जांदा सी भी हरजिंदर जौहल वर्गा स्टेज दा धनी बंदा हाले तक इस यूनिवर्सिटी दे विच आया नहीं, वो तो बाद अज तक भी गल्लां हुंदियां ने। ते बाई होरी दा जिद्दां आस्ट्रेलिया आ गए, सिडनी आ गए, तुसीं मुंबई चले गए, ते फिर इह राबता किवें बणिया आपस दे विच? भाई साडे इक कॉमन फ्रेंड हैगे ने विच ना, एक लड़की अनु नाम है उन्हां दा, ते उन्हां ने मैनूं इंट्रोड्यूस उन्हां हरजिंदर भाजी नूं मेरे बारे दस्सिया सीगा उन्हां ने, ते मैं फिर असीं फेसबुक ते कोई 4-5 साल पहला चौहान दी गल तां नहीं कर रहे तुसीं? हां जी बिल्कुल बिल्कुल, हां जी ते ठीक है समझ, हां ते ओह उन्हां फिर असीं फेसबुक ते इकट्ठे होए ते मैं किथे एक फजल कुरैशी जी ज़ाकिर हुसैन हुणां दे जेहड़े छोटे ब्रदर आ उन्हां दे नाल एक प्रोग्राम कीता सी जिहदे विच अल्लाह रखा खान साहब दी कंपोजिशन जग्गा मोस्टली फोक जग्गा जिहड़ा हैगा वो आपां किदां जोश नाल गाउने आ ना, बट ओहदे जेहड़े लिरिक्स हैगे आ ओह हैगे आ थोड़े जे सैड है ना, ते ओह कंपोजिशन अब्बा जी ने बनाई सी जिहड़ी रफी साहब ने गाई सी, ते ओनू रीक्रिएट करन लई एक शो दे विच उन्हां दी याद च शो कराया जा रहा, तो ओह कंपोजिशन मैं गाई सी ते थोड़ा जिहा रंग हो जावे ओहदा जी। मैं एक छोटी जी ओहदी झलक सुणा देना। जे मैं जान दी जगे मर जाना, जे मैं जान दी जगे मर जाना, इक दे मैं दो जम दी जगया जगया, सुती पई मां दे कलेजे छोरा लगया। सो वो इस रंगत दी कंपोजिशन सी, वो मैं थोड़ा जिहा क्लिप फेसबुक ते पाया ते भाजी हुणां ने बहुत एक लंबा लिखिया उन्हां ने मेरे बारे, फिर बड़ा अच्छा लग्या। तो खैर उस तो बाद भी राबता नहीं होया, फिर कुछ 2 साल या 1-1.5 साल पहले भाजी दा एक दिन फोन आया, फिर वो गलबात तो लग्या कि बहुत इदा वधिया लग्या गल करके, फिर हौली हौली वो सर्कल बनदा बनदा मनी भाजी नाल मिल गए, फिर उन्हां नाल एक गजल कीती मनी भाजी दी पहला असीं एक सरसब्ज, उस तो बाद फिर उन्होंने फिर उस तो अगला जिहड़ा असीं प्रोजेक्ट कीता उस इह सीगा एम्ब्रेस जी। सो हुण मैनूं इह दस्सो, तुसीं दस दित्ता भी इदां करके तुसीं उत्थे पहुंचे। आम तौर दे ते ना मुंबई बारे मतलब बड़े उस किस्म दा जिहड़ा चर्चा हुंदी आ, कई कह दिंदे आ भी यार इत्थे टैलेंट इदां गवाच जांदा, इत्थे बचा के रखना बड़ा खुद नूं बड़ा औखा गा इस महानगर दे विच। तां इहदे विच फिर जिहड़ा कह सकदे हसरत ने अपने आप नूं किवें बचा के रखिया, किवें ओह सारा परस्पर जिहड़े निक्के निक्के युद्ध ने ओह किवें चलदे रहिंदे आ तुहाडे अपने अंदर? भाजी ओह बचा के रखण वाली मैं गल नहीं है, बचा के मेरे कहण दा मतलब कि तुहाडा एक अंदर हुंदा कि अज क्योंकि बहुत सारियां चीज़ां क्राफ्ट भी तुहाडे आले दुआले लद दित्तियां जांदियां है ना, ओहदे तुसीं अपने आप नूं ओरिजिनल वर्जन जिहड़ा कह सकदे आ भी रखना नाल कमर्शियल तां होई जाना, सारा कुछ चली जाना नाल। जी 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 भाई ओरिजिनल इस बचाउण वाली जिहड़ी गल हैगी आ, मैं तां ओहदे लई भी सारा जिहड़ा क्रेडिट आ ओह मेरे आले दुआले नूं जांदा, चाहे ओह मेरे गुरु जी दा हैगा आ या हरजिंदर भाजी हुणां दा जिहड़ा साडा सर्कल हैगा, इह सारे लोग इन्ने अच्छे जुड़े होए आ ना। और जिल्ले मैनूं लगदा कि कुछ इस मैं अगर किसी होर रंगत दे लोकां नूं मिलदा ना तो मैं अपने आप एक अद्धी मीटिंग दे विच उन्हां तों पिछे हो जांदा हुंदा, क्योंकि मेरा जिहड़ी रूह हैगी आ ना ओह इस तरीके दीयां चीज़ां च खुश रहिंदी आ। ਤੇ ਉਹ ਇਸੇ ਕਰਕੇ ਮੈਂ ਬਚਿਆ ਹੋਇਆ ਸ਼ਾਇਦ ਜਿਹੜਾ ਬਹੁਤ ਜ਼ਿਆਦਾ ਕਮਰਸ਼ੀਅਲ ਔਰ ਮੈਨੂੰ ਇਦਾਂ ਲੱਗਦਾ ਕਿ ਜਿਹੜੇ ਦੂਸਰੇ ਤਰੀਕੇ ਦੇ ਜਿਹੜੇ ਗਾਣੇ ਵੀ ਹੁੰਦੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਨਾ ਉਹ ਸ਼ਾਇਦ ਮੈਨੂੰ ਸੂਟ ਵੀ ਨਹੀਂ ਕਰਨੇ ਜਿੱਦਾਂ ਦੀ ਆਵਾਜ਼ ਹੈਗੀ ਆ। ਔਰ ਦੂਸਰੀ ਗੱਲ ਇਹ ਹੈ ਕਿ ਆਪਾਂ ਹੁਣ ਜਿਹੜਾ ਗਾਣਾ ਹੁਣ ਵੀ ਜਿਹੜਾ ਗਾਣਾ ਕੀਤਾ ਇਹਦਾ ਵੀ ਦੇਖੋ ਨਾ ਕਿੱਦਾਂ ਇਹਦਾ ਜਿਹੜਾ ਮਾਹੌਲ ਸੀਗਾ ਉਹ ਇੱਕਦਮ ਜਦੋਂ ਮੈਂ ਪਹਿਲੀ ਵਾਰ ਪੜ੍ਹਿਆ ਮੈਨੂੰ ਪਹਿਲਾਂ ਮੈਨੂੰ ਸਿਰਫ 4 ਲਾਈਨਾਂ ਭੇਜੀਆਂ ਸੀ ਮਨੀ ਭਾਜੀ ਨੇ ਤੇ ਉਹ 4 ਲਾਈਨਾਂ ਮੈਂ ਪੜ੍ਹੀਆਂ ਤਾਂ ਮੈਂ ਇੱਕਦਮ ਸਤਬਦ ਹੋ ਗਿਆ ਮੈਂ ਨਾ ਕਿ ਯਾਰ ਮੈਨੂੰ ਯਾਦ ਹੈ ਇਹਨਾਂ ਕੁ ਦਿਨਾਂ ਦੀ ਗੱਲ ਸੀਗੀ ਉਹ ਤੇ ਮੈਂ ਵਾਕ ਕਰਦਾ ਸੀ ਥੱਲੇ ਤੇ ਮੈਨੂੰ ਭਾਈ ਨੇ ਭੇਜਿਆ ਤੇ ਮੈਂ ਉਹ ਜਦੋਂ ਪੜ੍ਹੀਆਂ ਨਾ ਤਾਂ ਮੈਂ ਕਿਹਾ ਭਾਈ ਯਾਰ ਇੱਕ ਗਾਣਾ ਆਪਾਂ ਕਰਦੇ ਆ ਹੈਨਾ। ਤੋ ਮੈਨੂੰ ਅਸਰ ਕਰਦੀਆਂ ਇਹੋ ਜਿਹੀਆਂ ਚੀਜ਼ਾਂ ਇਸੇ ਕਰਕੇ ਸ਼ਾਇਦ ਮੈਂ ਬਚਿਆ ਹੋਇਆ ਜੀ। ਸੋ ਇਹਦੇ ਵਿੱਚ ਜਿੱਦਾਂ ਹੁਣ ਤੁਸੀਂ ਇੱਕ ਹੋਰ ਵੀ ਐਕਸਪੀਰੀਅੰਸ ਤੁਹਾਡੇ ਕੋਲੇ ਮਤਲਬ ਰਿਹਾ ਹੈ ਨਾ ਥੋੜ੍ਹਾ ਆਪਣਾ ਤੁਹਾਡੇ ਅਪਕਮਿੰਗ ਉਹਦੇ ਬਾਰੇ ਵੀ ਆਵਾਂਗੇ ਜਿਵੇਂ ਤੁਸੀਂ ਪੰਜਾਬ 'ਚ ਵੀ ਸਿੱਖਿਆ ਫਿਰ ਤੁਸੀਂ ਐਡੇ ਉਸਤਾਦ ਜਿਹੜਾ ਕਹਿੰਦੇ ਪਦਮ ਭੂਸ਼ਣ ਪੰਡਿਤ ਅਰਵਿੰਦ ਪਾਰਕ ਜੀ ਹੈ ਨਾ ਅਤੇ ਪੁਰਬੀ ਪਾਰਕ ਇਹਨਾਂ ਤੱਕ ਪਹੁੰਚੇ ਤਾਂ ਫਿਰ ਜਿਹੜਾ ਕਹਿ ਸਕਦੇ ਕਿ ਇੱਕ ਮਲਟੀ ਲਿੰਗੁਅਲ ਵੀ ਇੱਥੇ ਜਾ ਕੇ ਚੀਜ਼ਾਂ ਬਣੀਆਂ ਮਰਾਠੀ ਵੀ ਆ ਹਿੰਦੀ ਵੀ ਆ ਤਮਾਮ ਵੀ ਆ। ਸੋ ਜਦੋਂ ਇਹ ਵਾਈਡਰ ਕੌਨਸੈਪਟ ਦੇ ਵਿੱਚ ਜਾ ਕੇ ਸਿੱਖਣ ਨੂੰ ਮਿਲਦਾ ਹੈਗਾ ਤਾਂ ਉਦੋਂ ਕਿਵੇਂ ਗ੍ਰਹਿਣ ਕਰਨਾ ਉਹਨਾਂ ਚੀਜ਼ਾਂ ਨੂੰ ਗ੍ਰੈਬ ਕਰਨਾ ਉਹ ਕਿਵੇਂ ਹੁੰਦਾ ਸਿਲਸਿਲਾ ਬੀਇੰਗ ਐਜ਼ ਅ ਸਿੰਗਰ ਜੀ ਐਜ਼ ਅ ਸਟੂਡੈਂਟ ਐਜ਼ ਅ ਕਲਾਸੀਕਲ ਸਟੂਡੈਂਟ ਨਾ ਜਿਹੜਾ ਪੰਜਾਬ ਦੇ ਵਿੱਚ ਸਾਡੀ ਮਿੱਟੀ ਦੇ ਵਿੱਚ ਬਹੁਤ ਕੁਛ ਆ ਪੰਜਾਬ ਦੀ ਜਿਹੜੀ ਮਿੱਟੀ ਨਾ ਉਹ ਚ ਸੰਗੀਤ ਜਿਹੜਾ ਨਾ ਉਹ ਬਹੁਤ ਵੱਡਾ ਹੈਗਾ ਜਿੱਥੋਂ ਬੜੇ ਗੁਲਾਮ ਅਲੀ ਖਾਨ ਸਾਹਿਬ ਬੜੇ ਬੜੇ ਉਸਤਾਦਾਂ ਦੇ ਨਾਮ ਮੈਂ ਲੈ ਸਕਦਾ ਉਹ ਆਏ ਹੈਗੇ ਆ ਨਾ ਸਾਡੇ ਉੱਥੇ ਘਰਾਣਾ ਪਟਿਆਲਾ ਘਰਾਣਾ ਹੈਗਾ ਆ ਹਨਾ ਸ਼ਾਮ 84 ਹੈ ਤੇ ਉਹ ਇੱਥੇ ਜਿਹੜਾ ਇੱਧਰ ਵਾਲਾ ਜਿਹੜਾ ਮਾਹੌਲ ਹੈਗਾ ਨਾ ਇੱਥੇ ਮਹਾਰਾਸ਼ਟਰ ਦੀ ਜੇ ਖਾਸ ਤੌਰ ਤੇ ਗੱਲ ਕਰੀਏ ਇੱਥੇ ਦੇ ਲੋਕ ਆਪਣੇ ਬੱਚੇ ਨੂੰ ਸ਼ੁਰੂਆਤੀ ਦਿਨਾਂ 'ਚ ਹੀ ਇੰਟਰੋਡਿਊਸ ਕਰਾ ਦਿੰਦੇ ਆ ਮਿਊਜ਼ਿਕ ਨਾਲ। ਉਹ ਬੇਸਿਕਲੀ ਮੈਂ ਹੁਣ ਜੇ ਆਪਣੀ ਵੀ ਗੱਲ ਕਰਾਂ ਮੇਰੇ ਕੋਲ ਜਿਹੜੇ ਸਟੂਡੈਂਟਸ ਹੈਗੇ ਆ ਨਾ ਕਈ ਜਿਹੜੇ ਛੋਟੇ ਬੱਚੇ ਉਹਨਾਂ ਦੇ ਇਸ ਕਰਕੇ ਇੰਟਰੋਡਿਊਸ ਨਹੀਂ ਕਰਾਉਂਦੇ ਕਿ ਉਹਨਾਂ ਨੂੰ ਸਿੰਗਰ ਬਣਾਉਣਾ ਇਸ ਕਰਕੇ ਇੰਟਰੋਡਿਊਸ ਕਰਾਉਂਦੇ ਆ ਇੱਥੇ ਬੱਚੇ ਨੂੰ ਮਿਊਜ਼ਿਕ ਦੇ ਨਾਲ ਕਿ ਉਸ ਅੱਛਾ ਮਿਊਜ਼ਿਕ ਸੁਣੇ ਤੇ ਸਮਝੇ। ਜਿੰਨਾ ਕੰਟੈਂਟ ਪੰਜਾਬ ਦੇ ਵਿੱਚ ਬਣਦਾ ਪਿਆ ਮਿਊਜ਼ਿਕ ਰਿਲੇਟਡ ਉਹ ਮੇਰੇ ਖਿਆਲ ਨਾਲ ਹੋਰ ਕਿਸੇ ਇੰਡਸਟਰੀ 'ਚ ਨਹੀਂ ਬਣਦਾ ਪਿਆ ਹੈ ਨਾ ਬਟ ਬਣਦਾ ਪਿਆ ਪਰ ਜਿਹੜੀ ਬਿਗਨਿੰਗ ਤੋਂ ਜਿਹੜੀ ਕਹਿ ਸਕਦੇ ਪਨੀਰੀ ਉਸ ਰੂਪ ਦੇ ਵਿੱਚ ਉਹ ਜਿਵੇਂ ਆ ਤਾਂ ਤੁਸੀਂ ਹੁਣ ਵੱਖਰੀ ਕਿਸਮ ਦੀ ਗੱਲ ਕਰਦੇ ਵੀ ਉਹ ਚੰਗਾ ਮਿਊਜ਼ਿਕ ਸੁਣਨ ਸਮਝਣ ਬਾਰੇ ਜਿਹੜਾ ਹੈਗਾ ਕਿ ਮਾਪੇ ਇੰਨੇ ਜਾਗਰੂਕ ਨੇ ਹੈ ਨਾ ਸਾਡੇ ਮਿਊਜ਼ਿਕ ਬਣ ਰਿਹਾ ਇੰਨੀ ਤਾਦਾਦ ਦੇ ਵਿੱਚ ਹਿੱਟ ਵੀ ਹੋ ਰਿਹਾ ਹੈਗਾ ਪਰ ਜਿਹੜਾ ਕਹਿ ਸਕਦੇ ਇਹੋ ਜਿਹਾ ਸਿਲਸਿਲਾ ਹੈ ਨਹੀਂ ਸਾਡੇ ਉੱਥੇ ਤਾਲੀਮ ਦੀ ਥੋੜੀ ਜਿਹੀ ਅਸੀਂ ਲੈਕ ਕਰ ਜਾਂਦੇ ਕਈ ਵੇਲੇ ਨਾ ਤਾਲੀਮ ਵਾਲੇ ਜਿਹੜੇ ਮਸਲੇ ਹੈਗੇ ਉਹਦੇ ਵਿੱਚ ਅਸੀਂ ਲੈਕ ਕਰ ਜਾਂਦੇ ਈਵਨ ਕਲਕੱਤਾ ਦੇ ਵਿੱਚ ਤੁਸੀਂ ਜਾਓ ਤੇ ਆਪਣਾ ਉਹ ਰਿਸ਼ਤਾ ਨਹੀਂ ਦਿੰਦੇ ਤੇ ਇੱਕ ਘਰ ਦੇ ਵਿੱਚੋਂ ਦੂਜੇ ਘਰ 'ਚ ਰਿਸ਼ਤਾ ਹੋਊਗਾ ਤਾਂ ਪਹਿਲਾਂ ਪੁੱਛਦੇ ਆ ਕਿ ਬਾਈ ਤੁਸੀਂ ਕੀ ਤੁਸੀਂ ਕਿਹੜਾ ਸਾਜ਼ ਵਜਾਉਂਦੇ ਹੋ। ਮੈਂ ਹੁਣ ਪਿੱਛੇ ਜੇ ਇੱਕ ਵਿਆਹ ਇੱਕ ਅਟੈਂਡ ਕਰਨਾ ਸੀਗਾ ਕਲਕੱਤਾ ਤੇ ਉਹ ਅਸੀਂ ਕੁੜੀ ਵੱਲੋਂ ਗਏ ਤੇ ਮੁੰਡੇ ਦੀ ਫੈਮਿਲੀ ਤੇ ਉਹ ਸਾਰੀ ਫੈਮਿਲੀ ਹਾਲਾਂਕਿ ਉਹ ਗਵਰਨਮੈਂਟ ਜੋਬ 'ਚ ਸੀਗੇ ਸਾਰੇ ਬਟ ਕੋਈ ਤਬਲਾ ਵਜਾ ਰਿਹਾ ਕੋਈ ਹਾਰਮੋਨੀਅਮ ਵਜਾ ਰਿਹਾ ਕੋਈ ਸਿਤਾਰ ਵਜਾ ਰਿਹਾ ਹੈ ਨਾ ਕੋਈ ਗਾਣਾ ਗਾ ਰਿਹਾ ਮਤਲਬ ਉਹ ਸਾਰੇ ਹੀ ਪ੍ਰੋਫੈਸ਼ਨਲ ਨਹੀਂ ਹੈਗੇ ਬਟ ਸਾਰੇ ਹੀ ਕੁਛ ਨਾ ਇੱਕ ਸਾਜ਼ ਵਜਾ ਰਹੇ ਆ। ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਯਾਰ ਇਦਾਂ ਦਾ ਕਲਚਰ ਅਗਰ ਸਾਡੇ ਵੀ ਉੱਥੇ ਆ ਜਾਏਗਾ ਨਾ ਸਾਡੇ ਪੰਜਾਬ 'ਚ ਵੀ ਆ ਜਾਏਗਾ ਤਾਂ ਸਾਡਾ ਮਿਊਜ਼ਿਕ ਸਾਡੀ ਜਿਹੜੀ ਮਿੱਟੀ ਆ ਉਹ ਤਾਂ ਆਲਰੇਡੀ ਬਹੁਤ ਕੀ ਕਹਿਣਾ ਚਾਹੀਦਾ ਫਲਰਿਸ਼ ਹੈਗੀ ਹੈ ਨਾ ਹਾਂ ਦਰਖੇਜ਼ ਹੈਗੀ ਆ ਤੇ ਉਹ ਉਹਦੇ ਤੋਂ ਬਾਅਦ ਜੇ ਸਾਡੀ ਤਾਲੀਮ ਵੀ ਉੱਥੇ ਬੱਚਿਆਂ ਦੀ ਅੱਛੀ ਹੋਈ ਤਾਂ ਸੋਚੋ ਕਿਹੋ ਜਿਹੇ ਕਲਾਕਾਰ ਉੱਥੋਂ ਨਿਕਲਣਗੇ। ਤੇ ਹਰਪ੍ਰੀਤ ਤੋਂ ਹਸਰਤ ਦਾ ਸਫ਼ਰ ਕਿਵੇਂ ਰਿਹਾ ਇਹ ਇੱਕ ਬੜਾ ਹੁੰਦਾ ਕਿ ਜੋ ਆਪਾਂ ਨਾ ਇੱਦਾਂ ਚੱਲਦਾ ਮੈਂ ਪਹਿਲਾਂ ਤੁਹਾਡੇ ਗੀਤ ਸ਼ੁਰੂਆਤੀ ਦੌਰ 'ਚ ਹਰਪ੍ਰੀਤ ਹਸਰਤ ਵੀ ਲਿਖਿਆ ਹੋਇਆ ਕਈ ਥਾਵਾਂ ਤੇ ਹਰਪ੍ਰੀਤ ਵੀ ਲਿਖਿਆ ਹੋਇਆ ਫਿਰ ਹੁਣ ਹਸਰਤ ਹੈਗਾ ਇਹ ਵੀ ਥੋੜ੍ਹਾ ਦੱਸੋ। ਹਸਰਤ ਮੇਰਾ ਨਾਮ ਭਾਜੀ ਮੇਰੇ ਦੋਸਤਾਂ ਨੇ ਦਿੱਤਾ ਸੀਗਾ ਤੇ ਅਸੀਂ ਉਹ ਜਦੋਂ ਥੋੜ੍ਹੀ ਜਿਹੀ ਤਾਲੀਮ ਹੋਈ ਪੰਜਾਬ 'ਚ ਤੇ ਥੋੜ੍ਹਾ ਪ੍ਰੋਗਰਾਮ ਵੱਲੋਂ ਹੋਏ ਸਟੇਜ ਵੱਲੋਂ ਹੋਏ ਤੇ ਉਹ ਕਹਿੰਦੇ ਯਾਰ ਵੀ ਆਪਾਂ ਨਾਮ ਕੁਛ ਸੋਚੀਏ ਤੇਰਾ ਵਧੀਆ ਤੇ ਉਹ ਸਾਰੇ ਦੋਸਤਾਂ ਨੇ ਮਿਲ ਕੇ ਉਹ ਜਿਹੜਾ ਵਿਜ਼ਿਟਿੰਗ ਕਾਰਡ ਬਣਦੇ ਹੁੰਦੇ ਛੋਟੇ ਤੇ ਉਹਦੇ ਉੱਤੇ ਫਿਰ ਹਸਰਤ ਲਿਖਾਇਆ ਉਹਨਾਂ ਨੇ ਤੇ ਉੱਥੋਂ ਹਸਰਤ ਹੋਇਆ। ਫਿਰ ਮੁੰਬਈ ਆ ਕੇ ਫਿਰ ਜਦੋਂ ਮੈਂ ਕੱਪਾ ਟੀਵੀ ਵਗੈਰਾ ਇੱਕ ਦੋ ਸ਼ੋਜ਼ ਇਦਾਂ ਦੇ ਕੀਤੇ ਜਦੋਂ ਤੇ ਉੱਥੇ ਹਰਪ੍ਰੀਤ ਹਸਰਤ ਹੀ ਚੱਲਦਾ ਸੀਗਾ। ਫਿਰ ਥੋੜੇ 4-5 ਸਾਲ ਪਹਿਲਾਂ ਲੱਗਿਆ ਕਿ ਨਹੀਂ ਆਪਾਂ ਹੁਣ ਕੱਲਾ ਹਸਰਤ ਹੀ ਰੱਖੀਏ ਉਹ ਜ਼ਿਆਦਾ ਅੱਛਾ ਸਾਊਂਡ ਕਰਦਾ ਹੈ ਸੋ ਇਸੇ ਤਰੀਕੇ ਫਿਰ ਉਹ ਹਸਰਤ ਹੋ ਗਿਆ ਨਾਮ। तो ये जोड़े हम जो शो तुम किए इदा के उन्होंने भी गीत बड़े मकबूल भी दो तीन थोड़े गीत होए बड़े मतलब व्यू भी होए उन्होंने वो तजर्बा किमें रहा ये उन्हें कोई तुहाड़ी अपनी शख्सीयत तुहाड़ी गायकी उन्होंने कोई तराशिया जां जिवें कई गल्लां भी होंदियां ने भी जिहड़े इदा के शो होंदे आ भी यार तां पहलां ही फिक्स होंदा सारियां चीज़ां होंदियां वो तजर्बा वो जर्नी किमें रही रियलिटी शोज दी तो भाई मैं एक रियलिटी शोज किया ए.आर. रहमान साहब ना पिछे द वॉइस करके आया सीगा अच्छा बहुत अच्छा एक्सपीरियंस है बट जो कप्पा टीवी वो तो एक प्रॉपर जिवें कोक स्टूडियो हैगा इदां हैगा उत्थे तुसी लाइव गाना और लाइव रिकॉर्ड करते हो और जिहड़े रिकॉर्ड करते हो ए.आर. रहमान साहब ना उन्हां दे रिकॉर्डिस्ट हैगे और बहुत अच्छा वो एक इहो जिहा एक्सपीरियंस हैगा ना जित्थों तुसी बहुत कुछ सीखदे आ उन्होंने मैनूं याद है कि जो कप्पा टीवी रिकॉर्ड करते सी उन्होंने मैनूं माइक फड़ाया मैनू साउथ इंडियन से मैनू कहते कि तेन पता कहते कि माइक है मैं नहीं जी कहते थले उन्होंने मेरा नाम दिखाया चित्रा जी का नाम लिखा सीगा कहते उन्होंने माइक है कहते मैं उन्होंने माइक तेन दे रहा सो ये बड़ा अच्छा एक्सपीरियंस है कप्पा टीवी भी कह लीए जो रहमान साहब ना भी उन्होंने तो मिलना ही बहुत वड्डी गल हैगी ना रहमान साहब नूं सारे देखना ही बहुत वड्डी गल सीगी साडे लई खास तौर ते मेरे लिए तो बहुत वड्डी गल सीगी ते उन्हां दे नाल गाउणा ते मतलब जीवन सफल होने वाली गल है साडी ਹੁਣ ਤੁਸੀਂ ਵੱਡੇ ਗਾਇਕਾਂ ਦੀ ਗੱਲ ਕੀਤੀ ਆ ਉਹਨਾਂ ਦੀ ਸੰਗਤ ਉਹਨਾਂ ਦੀ ਸੋਭਤ ਇੱਥੇ ਤੁਹਾਨੂੰ ਉਹ ਵੀ ਮਾਨਣ ਦਾ ਮੌਕਾ ਮਿਲਿਆ ਹੈ ਨਾ ਤੇ ਉਹ ਕਿਦਾਂ ਦਾ ਰਿਹਾ ਸਾਰਾ ਕੁਝ ਜਿੰਨੇ ਵੀ ਜੋ ਇੰਡਸਟਰੀ ਦੇ ਵਿੱਚ ਇੱਕ ਐਸਟੈਬਲਿਸ਼ ਨਾਂ ਨੇ ਜਾਂ ਤੁਸੀਂ ਹੁਣ ਏ.ਆਰ. ਰਹਿਮਾਨ ਸਾਹਿਬ ਦੀ ਗੱਲ ਕੀਤੀ ਆ ਬੜਾ ਵੱਡਾ ਉਹਨਾਂ ਨੂੰ ਤਾਂ ਇੱਕ ਪੂਜਿਆ ਜਾਂਦਾ ਹੈਗਾ ਉਹ ਪਲ ਕਿਦਾਂ ਦੇ ਸੀਗੇ ਭਾਜੀ ਉਹ ਇਹੋ ਜਿਹੇ ਲੋਕਾਂ ਨੂੰ ਜਦੋਂ ਅਸੀਂ ਮਿਲਦੇ ਆ ਉਹਨਾਂ ਦੀ ਨਾ ਹਰ ਗੱਲ ਚੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ मैं देखता चाहे गुरु जी आ चाहे जाकिर भाई आ चाहे होर भी बड़े 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 नाम जिन्हां दी संगत करन दा मौका मिलिया ते एक सितारिश ने बहुत बड़े शायद परवेज जी गुरु जी दे घर आए सीगे ओ ते महफिल जिद्दां लगी ते चलदा उन्हां दी देखो छोटी जी गल फिर ओहदे विचों बहुत वड्डी गल निकल जांदी ते ओ जिल्ले ओ सितार दे उत्ते म्यूजिक दी ताकत इन्नी ओ सितार दे उत्ते जदों एक नोट तो दूजा नोट खिचदे सीगे ना और ਅਸੀਂ ਰਿਕਾਰਡਿੰਗ ਸੁਣਦੇ ਇੰਨਾ ਅਸਰ ਨਹੀਂ ਲੱਗਦਾ ਕਿਉਂਕਿ ਰਿਕਾਰਡਿੰਗ ਫਿਰ ਵੀ ਰਿਕਾਰਡਿੰਗ ਪਰ ਜਦੋਂ ਤੁਸੀਂ ਉਹਨਾਂ ਨੂੰ ਸਾਹਮਣੇ ਸੁਣਦੇ ਆ ਨਾ ਤਾਂ ਉਹ ਇਦਾਂ ਜਿੱਦਾਂ ਨੋਟ ਖਿੱਚਦੇ ਸੀਗੇ ਤੇ ਇਦਾਂ ਲੱਗਦਾ ਸੀ ਕਿ ਯਾਰ ਰੂਹ ਵੀ ਨਿਕਲ ਕੇ ਨਾਲ ਜਾ ਰਹੀ ਉਹਨਾਂ ਦੇ ਨਾ ਇੰਨਾ ਮਤਲਬ ਇੱਕ ਉਦਾਂ ਦਾ ਕ੍ਰੀਏਟ ਹੋ ਗਿਆ ਉੱਥੇ ਮਾਹੌਲ ਤੇ ਆਫਟਰ ਦੈਟ ਉਹਨਾਂ ਨੂੰ ਸਵਾਲ ਜਵਾਬ ਗੁਰੂ ਜੀ ਨੇ ਕੀਤੇ ਕਿ ਹਾਂਜੀ ਕਿੱਦਾਂ ਉਹ ਉਹਨਾਂ ਨੇ ਇੱਕ ਉਦਣ ਗੱਲ ਕਹੀ ਕਿ ਜੇ ਜੋ ਰਿਆਜ਼ ਹੈ ਨਾ ਉਹ ਕੜਵੀ ਦਵਾਈ ਕੀ ਤਰ੍ਹਾਂ ਹੁੰਦਾ ਹੈ ਉਹ ਜਿਹੜਾ ਸਮਾਂ ਹੈ ਨਾ ਜਦੋਂ ਅਸੀਂ ਰਿਆਜ਼ ਵਿੱਚ ਹੁੰਨੇ ਆ ਜਦੋਂ ਮੁਸ਼ਕਿਲ ਚ ਹੁੰਨੇ ਆ ਜਾਂ ਜਦੋਂ ਅਸੀਂ ਬਹੁਤ ਸਾਡੀ ਲਾਈਫ ਚ ਬੜਾ ਕੁਝ ਚੱਲਦਾ ਬਟ ਅਸੀਂ ਨਾਲ ਨਾਲ ਆਪਣੇ ਰਿਆਜ਼ ਨੂੰ ਵੀ ਲੈ ਕੇ ਜਾਣਾ ਹੁੰਦਾ ਅਸੀਂ ਆਪਣਾ ਜਿਹੜਾ ਕੰਮ ਹੈਗਾ ਉਹਨੂੰ ਵੀ ਨਾਲ ਲੈ ਕੇ ਜਾਣਾ ਉਹ ਕਹਿੰਦੇ ਰਿਆਜ਼ ਜੋ ਹੈ ਕੜਵੀ ਦਵਾਈ ਕੀ ਤਰ੍ਹਾਂ ਲੱਗਦਾ ਹੈ ਪਰ ਜੋ ਉਸਕੋ ਕਰ ਲੈਤਾ ਹੈ ਉਹ ਠੀਕ ਵੀ ਹੋ ਜਾਤਾ ਹੈ ਨਾ ਤੇ ਉਹ ਰਿਆਜ਼ ਦਾ ਜਿਹੜਾ ਫਿਰ ਇਹੋ ਜਿਹੇ ਲੋਕਾਂ ਨੂੰ ਜਦੋਂ ਤੁਸੀਂ ਮਿਲਦੇ ਆ ਔਰ ਇੱਕ ਉਹਨਾਂ ਦੀ ਗੱਲ ਹੋਰ ਬੜੀ ਮੈਨੂੰ ਖੂਬਸੂਰਤ ਯਾਦ ਹੈ ਇੱਕ ਗਾਣਾ ਕਲਾਸੀਕਲ ਦੇ ਵਿੱਚ ਹੈਗਾ ਜਿਸ ਚ ਤਿਆਰੀ ਦਿਖਾਉਂਦੇ ਆਪਾਂ ਨਾ मतलब हरकत मार इदा कर दिता इधरों उधरों उधरों तुसीं मेरा गाना सुनिया होना मैं बहुत कोशिश करदा कि बहुत सिंपल रखा उन्होंने ये मैनूं उन्हां तो यह गल समझ आई सी और मैनूं कहंदे कि प्लेन जा रहा प्लेन कितना फास्ट जांदा बट जिहड़े उहदे अंदर बैठे हुंदे उन्हां नूं नहीं अंदाजा हुंदा कि इहदी तेजी किन्नी है ना कितना क तेज है कहंदे गाना इतना स्मूथ होना चाहिए कि समझ में ना आए लोगों को कि यार ये बंदा मुश्किल से गा रहा है और गाउन वाला ही जी गाउन वाला ही मुश्किल च होगा ते सुनने वाले ने तो मुश्किल च आ जाना ना ਅਸਲ ਤੁਸੀਂ ਇੰਨੀ ਮਿਹਨਤ ਕਰਦੇ ਆ ਰਿਆਜ਼ ਦੀ ਗੱਲ ਜਿੱਦਾਂ ਹੁਣ ਐਡੇ ਵੱਡੇ ਸ਼ਖਸੀਅਤਾਂ ਨੇ ਜਿੱਦਾਂ ਗੱਲ ਕਹੀ ਹੈ ਵੀ ਕੌੜੀ ਦਵਾਈ ਦੀ ਤਰ੍ਹਾਂ ਹੁੰਦਾ ਹੈ ਨਾ ਇਹ ਪਰ ਜਦੋਂ ਤੁਸੀਂ ਅੱਜ ਦਾ ਜਿਹੜਾ ਦੌਰ ਦੇਖਦੇ ਆ ਇਹਦੇ ਵਿੱਚ ਖਾਸ ਤੌਰ ਤੇ ਪੰਜਾਬੀ ਗਾਇਕੀ ਨੂੰ ਵੀ ਆਬਜ਼ਰਵ ਕਰਦੇ ਹੋ कि मतलब कह सकते बंदा आउंदा बिना किसी उहदे तो एक हुंदा ते उहदी इन्नी जिहड़ी हैगी चढ़ाई हो जाती है जो पंजाबी सीधे शब्दों के विच कहिए है ना तो उहदे ते एक लाइन हैगी इदां दी जिहड़े कि बहुत सिखदे आ उहदे विचों गायकी नूं अपना सब कुछ समर्पित कर लैंदे आ ਉਹ ਜਦੋਂ ਫਿਰ ਕਿਹੜੇ ਐਂਗਲ ਤੋਂ ਸੋਚਦੇ ਤੁਸੀਂ ਕੀ ਐਂਗਲ ਤੋਂ ਇਸ ਨੂੰ ਸੋਚਦੇ ਆ ਆਪਣੇ ਆਪ ਨੂੰ ਕਿਵੇਂ ਉਹ ਦੇਖਦੇ ਆ ਕਿਉਂਕਿ ਇੱਕ ਤੁਸੀਂ ਤੈਅ ਕਰ ਰਹੇ ਹੋ ਨਾ ਇੱਕ ਸਫ਼ਰ ਤੈਅ ਕਰ ਰਹੇ ਹੋ ਪਿਛਲੇ 14 ਸਾਲਾਂ ਤੋਂ ਮੁੰਬਈ ਘਰ ਛੱਡ ਕੇ ਤੁਸੀਂ ਬੈਠੇ ਕੱਲਾ ਕੱਲਾ ਸਟੈਪ ਕੱਲੀ ਕੱਲੀ ਪੌੜੀ ਚੜ ਰਹੇ ਆ ਇੱਕ ਪਾਸੇ ਬੰਦਾ ਪੈਰਾਸ਼ੂਟ ਰਾਹੀਂ ਇੱਕ ਗੀਤ ਬਣਾਉਂਦਾ ਤੇ ਉਹ ਗੀਤ ਹਿੱਟ ਹੋ ਜਾਂਦਾ ਤੇ ਉਹ ਦਿਨਾਂ ਉਹਦੀ ਜਿਹੜੀ ਸਾਰਾ ਕੁਝ ਹੀ ਬਦਲ ਜਾਂਦਾ ਜੀ ਇਹਦੇ ਬਾਰੇ ਭਾਜੀ ਮੈਂ ਕਮੈਂਟ ਮੇਰੇ ਖਿਆਲ ਨਾਲ ਕਰਨਾ ਠੀਕ ਨਹੀਂ ਹੋ ਕਿਉਂਕਿ ਮੈਂ ਦੂਸਰੀ ਜਿਹੜੀ ਸਟ੍ਰੀਮ ਹੈਗੀ ਉਹਨੂੰ ਬਹੁਤਾ ਜਾਣਦਾ ਨਹੀਂ ਹੈ ਮੈਂ ਉਦਾਂ ਦੇ ਲੋਕਾਂ ਨੂੰ ਵੀ ਨਹੀਂ ਜਾਣਦਾ ਮੈਂ ਬਟ ਜਿਹੜਾ ਮੇਰਾ ਪ੍ਰੋਸੈਸ ਹੈਗਾ मैं अपनी ही गल करना जो मेरा प्रोसैस है मैनू पर बड़ा मजा आ रहा है ना जो तुसी रोज रोज किन्ने लोकां नू मिलदे आ फिर रोज आप रोज सीखते हैं आप हुण असीं पिछे जे गाना कीता सी मनी भाजी दे नाल आपां मनी भाजी ने लिखिया सीगा ओह अंग संग ते असीं रिकॉर्ड कर रहे सीगे मेरे ख्याल बापी दानू शायद रिकॉर्ड कर रहे सीगे ते ओह आए मैं उन्होंने नहीं सॉरी चिंटू भाई ने रिकॉर्ड कर रहे थे ओह आए ते उन्होंने कहंदे मैं की बजाउणा कहंदे मैनूं उन्होंने पूछया ते मैं उन्होंने दस्सिया मैं कहा भाई जो तुहानूं सही लगदा या जिद्दां भी हैगा कहंदे ते मैं उन्होंने ना विच गल्लां इदां नहीं नहीं करदे ने पांच छे इंस्ट्रूमेंट दस्सदे भी भाजी आपां आ भी कर लईए आ भी कर लईए आ भी कर लईए सानूं हुंदा ना भी जे हुण भाजी नूं बुलाया ही है तां आपां ज्यादा इंस्ट्रूमेंट अप कर लईए ते ओह उन्होंने मैनूं कहा कहंदे कि पहले जो नहीं बजाना है ना वो डिसाइड करो बजाना की होगा सो वह भी गल छोटी जी गल बट वो भी बड़ा मैसेज मिले भी गाने की नहीं बजाना पहले वो डिसाइड करो सो ये जो प्रोसैस है ना जो रोज असी सीखते हैं रोज कई वेले जिहड़े अपना ही स्टूडेंट हुंदा कई वेले वो तुहानूं इदां दी गल कह दिंदा भी तुहानूं सोचण ते मजबूर कर दिंदा यार हाँ यार ये मैं नहीं सोचया है ना भी ये सोचण दी लोड़ हैगी बंदे नूं तुरे जांदे राह दे विच भी कोई राही मिल जांदा उह तों बहुत चीज़ां सिक्खण नूं मिल जांदियां है ना बिल्कुल बिल्कुल ते और यही प्रोसैस है तो एक जिमें हुण तुसीं है तुहाडे कोल एक भी तजर्बा वक्री किस्म का जिमें कि हुंदा जिहड़े पंजाबी नरोल पंजाबी गायकी गाउंदे आ उन्हां दी स्टेज भी जां उन्हां दे शो भी पंजाबियां च ही हुंदे आ ज़्यादातर है ना तुहाडे कोल एक भी तजर्बा हैगा तुसीं हर किस्म दे जिहड़े भारत की बन सबनता जिहड़ी खूबसूरती आ जिद्दां आपां कह दईए भी उहनूं भी मानणदा तुसीं पंजाबियां च भी आके शो लाउने आ तुसीं कलकत्ते वालियां दी गल कीती आ तुसीं मराठियां च भी कीती आ ऑडियंस नूं जदों किवें देखदे आ जदों तुसीं सारा इदां दा एक चेंज हो जाती है गायकी तो गायकी भी उत्थे सारा कुछ की हैगा ऑडियंस ना हमेशा वक्री वक्री अजन हुंदी है ऑडियंस दा रिएक्शन वक्रा हुंदा मैं तुहानूं एक इंसीडेंट दस्सदा मैं हैदराबाद गए सी असीं लिटरेचर फेस्ट करन जी ते लिट फेस्ट हुंदा उत्थे हैदराबाद सारे इंडिया च ही हुंदा सारे इंडिया च आपां किते पर हैदराबाद मैं गया आई एम टेलिंग यू मैं उत्थे उन्होंने मेनू सामने फरमाइश की आ रही थी कि हीर सुनाओ अच्छा हैदराबाद बैठे हो हीर सुना के खत्म की फिर एक लेडी आए ऊपर मैंने तेन सुल्तान बाहू आंदा मतलब तुसीं सोचिया नहीं सी कि हैदराबाद तुहानूं इदां दी ऑडियंस मिलूगी भी जिन्होंने वो जे असीं इत्थे दी इक क्वालिटी हैगी जे पंजाबी सुन रहे हो तो बड़े ध्यान नाल सुनना उन्होंने म्यूजिक नूं बहुत प्यार करदे लोग म्यूजिक नूं बहुत प्यार करदे जिहड़े और एक इतफाक यह भी हैगा भी मैं जिथे जिथे जाना शायद मैनूं लोग उदां दे मिलदे ने भाभीक जोगी नवा आया कन्योस दे दर्शनी हाँ मुद्राने गल है कलाजब सवायानी हीरे किसे रजबत दा बालनाथ तो जोग ले आया क्या बात है जी बहुत शुक्रिया भाई ਹੁਣ ਮੈਨੂੰ ਇੱਕ ਚੀਜ਼ ਹੋਰ ਦੱਸੋ, ਮੈਂ ਤੁਹਾਡਾ ਮੈਂ ਗੁਰਤੇਜ ਕਹਾਰਵਾਲਾ ਹੋਰਾਂ ਦੀ ਦੇਖ ਰਿਹਾ ਸੀ ਨਾ ਪੋਸਟ, ਉਹਨਾਂ ਨੇ ਬੜੀ ਸੋਹਣੀ ਫੋਟੋ ਉੱਥੇ ਮੈਂ ਦੇਖੀ ਤੁਹਾਡੀ ਤੇ ਤੁਹਾਡੇ ਜੀਵਨ ਸਾਥਣ ਅਪੂਰਵਾ ਹੋਰਾਂ ਦੀ, ਹੈ ਨਾ। ਫਿਰ ਮੈਂ ਤੁਹਾਡਾ YouTube ਦੇਖ ਰਿਹਾ ਸੀ, ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਕੁਝ ਗੀਤ ਗਾਏ ਹੋਏ ਆ, ਹੈ ਹਾਲਾਂਕਿ ਉਹ ਮਤਲਬ ਮਹਾਰਾਸ਼ਟਰ ਤੋਂ ਨੇ, ਹੈ ਨਾ, ਤੇ ਤੁਸੀਂ ਉਹਨਾਂ ਦੇ ਨਾਲ ਗਾਉਣੇ ਹੈਗੇ ਆ। ਫਿਰ ਜਦੋਂ ਤੁਸੀਂ ਰੀਕ੍ਰੀਏਸ਼ਨ ਇੱਕ ਦੂਜੇ ਨਾਲ ਕਰਦੇ ਹੋ, ਉਹ ਤਜਰਬੇ ਕਿੰਨਾ ਕੁਝ ਸਿੱਖਣ ਨੂੰ ਮਿਲਦੇ ਆ। ਇੱਕ ਗੈਰ ਪੰਜਾਬੀ ਦਾ ਪੰਜਾਬੀ ਗੀਤ ਗਾਉਣਾ, ਹੈ ਨਾ, ਤੁਸੀਂ ਉਹਨਾਂ ਦੀ ਭਾਸ਼ਾ ਦੇ ਵਿੱਚ ਗਾਉਣਾ, ਇਹ ਵੀ ਮੈਨੂੰ ਬਹੁਤ ਖੂਬਸੂਰਤ ਜੋੜੀ, ਮੈਨੂੰ ਇਸ ਕਰਕੇ ਬਹੁਤ ਖੂਬਸੂਰਤ ਲੱਗੀ ਕਿ ਤੁਸੀਂ ਮਤਲਬ ਰੀਪ੍ਰਜੈਂਟ, ਦੇਖੋ ਤੁਸੀਂ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਆ, ਉਹ ਮਹਾਰਾਸ਼ਟਰ ਨੂੰ, ਮਰਾਠੀ ਨੂੰ ਕਰਦੇ ਆ, ਫਿਰ ਇਕੱਠੇ ਸੰਯੁਕਤ ਰੂਪ ਦੇ ਵਿੱਚ ਤੁਸੀਂ ਸਾਂਝੇ ਬਣ ਜਾਂਦੇ ਆ, ਹੈ ਨਾ। ਸੋ ਇਹ ਵੀ ਥੋੜਾ ਜਿਹਾ ਇਹਦੇ ਬਾਰੇ ਵੀ ਕੁਝ ਨਾ ਕੁਝ ਦੱਸੋ, ਜਦੋਂ ਤੁਸੀਂ ਆਪਸ ਦੇ ਵਿੱਚ ਕਰਦੇ ਆ ਇਹ ਮਿਊਜ਼ਿਕ ਦੀ ਜੁਗਲਬੰਦੀ ਜਾਂ ਸਾਰਾ ਕੁਝ। ਇਹ ਵੀ ਭਾਜੀ ਬੜਾ ਨਾ ਟੈਲੈਂਟ ਵਾਲਾ ਕੰਮ ਹੈਗਾ। ਐਕਚੁਅਲੀ ਮੈਂ ਮਰਾਠੀ ਗਾਣ ਦੀ ਕੋਸ਼ਿਸ਼ ਕੀਤੀ, ਪਰ ਮੇਰਾ ਉਹ ਐਕਸੈਂਟ ਕੁਝ ਚੀਜ਼ਾਂ 'ਚ ਨਹੀਂ ਬਣਦਾ, ਕਿਉਂਕਿ ਬੀਇੰਗ ਪੰਜਾਬੀ ਥੋੜੀ ਸਾਡੀ ਜਿਹੜੀ ਲੈਂਗੁਏਜ ਹੈਗੀ ਉਹ 'ਚ ਕਈ ਸ਼ਬਦ ਅਸੀਂ ਇਦਾਂ ਦੇ ਬੋਲਦੇ ਜਿਹੜਾ ਈਵਨ ਮੇਰੀ ਹਿੰਦੀ 'ਚ ਵੀ ਉਹ ਟੱਚ ਹੈਗਾ, ਹਨਾ, ਔਰ ਰਹਿਣਾ ਵੀ ਆ ਉਹ। ਬਟ ਅਪੂਰਵਾ ਦਾ ਇਹ ਕੁਆਲਿਟੀ ਹੈਗੀ ਕਿ ਉਹ ਕਿਸੇ ਵੀ ਲੈਂਗੁਏਜ 'ਚ ਗਾ ਲੈਂਦੀ ਹੈ। ਉਹ ਬੰਗਾਲੀ ਵੀ ਗਾ ਸਕਦੀ ਹੈਗੀ ਆ, ਉਹ ਉਹਨੂੰ ਗੁਜਰਾਤੀ ਵੀ ਗਾਇਆ, ਪੰਜਾਬੀ ਤਾਂ ਤੁਸੀਂ ਸੁਣ ਹੀ ਲਿਆ, ਤੇ ਉਹ ਹਿੰਦੀ ਉਰਦੂ ਚਲੋ ਗਾਉਂਦੀ ਹੈਗੀ ਆ। ਬਟ ਇਹ ਵੀ ਨਾ ਇੱਥੇ ਈਵਨ ਲਤਾ ਜੀ ਨੇ ਵੀ ਬਹੁਤ ਸਾਰੀਆਂ ਲੈਂਗੁਏਜ 'ਚ ਗਾਇਆ। ਹਾਂ ਬਿਲਕੁਲ, ਹਾਂਜੀ ਪੰਜਾਬੀ। ਤੋ ਇਹ ਨਾ ਇੱਥੇ ਮੇਰੇ ਖਿਆਲ ਨਾਲ ਪਤਾ ਨਹੀਂ ਇਹ ਕਿਉਂ ਇੱਥੇ ਹੈਗਾ ਆ, ਇਹਦਾ ਕੋਈ ਸਪੈਸੀਫਿਕ ਰੀਜ਼ਨ ਨਹੀਂ ਪਤਾ, ਬਟ ਇੱਥੇ ਦੇ ਜਿੰਨੇ ਕੁ ਮੈਂ ਸਿੰਗਰ ਸੁਣਦਾ ਨਾ, ਉਹ ਕਾਫੀ ਪਸੰਦ ਕਰਦੇ ਇੱਧਰ ਉੱਧਰ ਲੈਂਗੁਏਜ ਗਾਉਣਾ। ਔਰ ਪੰਜਾਬੀ ਤੇ ਹੁਣ ਇਦਾਂ ਹੋ ਗਿਆ ਕਿ ਮਤਲਬ ਅਗਰ ਤੁਸੀਂ ਇੰਡਸਟਰੀ 'ਚ ਕੰਮ ਕਰਦੇ ਹੈਗੇ ਤਾਂ ਤੁਹਾਨੂੰ ਖਾਸ ਤੌਰ ਤੇ ਬਾਲੀਵੁੱਡ 'ਚ ਕੰਮ ਕਰਦੇ ਹੋ, ਤੁਹਾਨੂੰ ਪੰਜਾਬੀ ਤਾਂ ਗਾਉਣਾ ਹੀ ਪੈਣਾ, ਕਿਉਂਕਿ ਹਰ ਦੂਸਰਾ ਗਾਣਾ ਪੰਜਾਬੀ ਹੈ ਇੱਥੇ। ਨਹੀਂ ਫਿਰ ਉਹ ਲਿਰਿਕਸ ਯਾਦ ਕਰਵਾ ਕਿਵੇਂ, ਉਹ ਨਹੀਂ ਉਹ ਪ੍ਰੈਕਟਿਸ ਬਕਾਇਦਾ ਉਹਦਾ, ਹਾਂ ਬਕਾਇਦਾ ਉਹਦੀ ਪ੍ਰੈਕਟਿਸ ਹੁੰਦੀ ਹੈ। ਫਿਰ ਕਈ ਸ਼ਬਦ ਤੇ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਮੈਂ ਖੁਦ, ਕਿਉਂਕਿ ਪੰਜਾਬੀ 'ਚ ਵੀ ਕਈ ਸ਼ਬਦ ਇਦਾਂ ਦੇ ਮੈਨੂੰ ਆਪ ਪਤਾ ਨਹੀਂ ਲੱਗਦਾ, ਕਿਉਂਕਿ ਕਈ ਵੇਲੇ ਅਸੀਂ ਵੀ ਗਲਤ ਪ੍ਰੋਨਾਉਂਸ ਕਰਦੇ ਹਾਂ। ਤੇ ਫਿਰ ਉਹਦੇ ਮੈਨੂੰ ਹੁਣ ਤੁਹਾਨੂੰ ਦੇਖ ਕੇ ਆ, ਕਿਉਂਕਿ ਮੇਰੇ ਬਹੁਤ ਸਾਰੇ ਮਿੱਤਰ ਨੇ ਉਹ ਜ਼ਿਲ੍ਹੇ ਸ਼ਬਦ ਬਹੁਤ ਵਰਤਦੇ ਆ। ਹੁਣ ਤੁਸੀਂ ਵੀ ਆਪਣੇ ਉਹ, ਕਿਉਂਕਿ ਹੁਣ ਮੈਨੂੰ ਆ ਗਿਆ ਕਿਉਂਕਿ ਉਹ ਸਾਰੇ ਤੁਹਾਡੇ ਇਲਾਕੇ ਦੇ ਆ, ਸੋ ਇਲਾਕੇ ਚੀਜ਼ਾਂ ਸਾਡੇ ਨਾਲ ਚੱਲਦੀਆਂ ਨੇ। ਮੈਂ ਮਾਲਵਾ, ਮੇਰੇ ਨਾਲ ਮੇਰੇ ਇਲਾਕੇ ਦੀਆਂ ਚੀਜ਼ਾਂ ਨਾਲ ਚੱਲਦੀਆਂ ਨੇ। ਪੰਜਾਬੀ ਜਿਹੜੇ 12 ਉਹ ਬਾਅਦ ਬੋਲੀ ਬਦਲ ਜਾਂਦੀ ਹੈ ਨਾ। ਜੀ ਸੋ ਉਹਦੀ ਟ੍ਰੇਨਿੰਗ ਖਾਸ ਤੌਰ ਤੇ ਦਿੱਤੀ ਜਾਂਦੀ ਹੈ। ਫਿਰ ਇੱਧਰ ਉੱਧਰ ਸਲਾਹ ਵੀ ਬਿਲਕੁਲ ਲਈ ਜਾਂਦੀ, ਜਿਹੜੇ ਅੱਛੇ ਲੋਕ ਹੈਗੇ ਕਿ ਯਾਰ ਇਹ ਠੀਕ ਗਾ ਰਹੇ ਆ ਜਾਂ ਕਿੱਦਾਂ। ਬਕਾਇਦਾ ਰਿਕਾਰਡਿੰਗ ਦੇ ਵਿੱਚ ਵੀ ਰੱਖਿਆ ਜਾਂਦਾ ਹੈ ਕਿ ਕੋਈ ਲੈਂਗੁਏਜ, ਕੋਈ ਸ਼ਬਦ ਗਲਤ ਨਾ ਹੋਵੇ। ਜੀ ਸੋ ਹੁਣ ਮੈਨੂੰ ਇਹ ਤਾਂ ਸਾਰੀਆਂ ਆਪਾਂ ਗੱਲਾਂ ਬਾਤਾਂ ਕਰ ਲਈਆਂ। ਹੁਣ ਮੈਨੂੰ ਇਹ ਦੱਸੋ ਵੀ ਹਸਰਤ ਜਿੱਥੇ ਅੱਜ ਖੜਾ, ਇੱਥੋਂ ਆਪਣੀ ਅਗਲੀ ਜਰਨੀ ਨੂੰ ਕਿਵੇਂ ਦੇਖਦਾ? ਅੱਜ ਤੁਹਾਡੇ ਗੀਤ ਨੂੰ, ਅੰਬਰੀਸ਼ ਨੂੰ ਬੜੀ ਮੁਹੱਬਤ ਮਿਲੀ ਆ ਪੰਜਾਬੀਆਂ ਨੇ, ਜਿਹੜੇ ਇੱਕ ਚੰਗਾ ਸੰਗੀਤ ਸੁਣਨ ਵਾਲੇ ਆ ਨਾ, ਉਹਨਾਂ ਸਾਰਿਆਂ ਨੇ ਇਹ ਗੀਤ ਨੂੰ ਮਤਲਬ ਹੱਥਾਂ ਤੇ ਚੱਕਿਆ। ਤੇ ਇੱਥੇ ਵੀ ਮੈਂ ਜਿੰਨੇ ਕੁ ਆਪਣੇ ਸਰਕਲ ਦੇ ਵਿੱਚ ਵਿਚਰਦਾ, ਉਹ ਕਈਆਂ ਨੂੰ ਮੈਂ ਭੇਜਿਆ, ਕਈਆਂ ਨੇ ਮੈਨੂੰ ਭੇਜਿਆ, ਤੇ ਇਟ ਮੀਨਜ਼ ਹੈ ਵੀ ਇਸ ਗੀਤ ਦੀ ਗੱਲ ਚੱਲ ਰਹੀ ਆ, ਹੈ ਨਾ। ਤੇ ਮਤਲਬ ਕਹਿ ਸਕਦੇ ਚੋਣ ਇੱਕ ਚੰਗੇ ਗੀਤ ਦੀ ਹੋ ਜਾਵੇ, ਤੁਹਾਡਾ ਇੱਕ ਹੋ ਜਾਂਦਾ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਜੈਕਟ ਆ ਆਪਣੀ ਗਾਇਕੀ ਦੇ, ਕਿਸ ਐਂਗਲ ਤੋਂ ਤੁਸੀਂ ਦੇਖਦੇ ਹੋ? ਕਿਵੇਂ ਆਉਣ ਵਾਲੇ ਸਮੇਂ 'ਚ ਕੰਮ ਕਰਨ ਦੀ ਵਿਉਂਤਬੰਦੀ ਕਿਵੇਂ ਬਣਾਈ ਹੋਈ ਹੈ? ਆਉਣ ਵਾਲੇ ਸਮੇਂ 'ਚ ਭਾਜੀ 2-4 ਗਾਣੇ ਪਲਾਨ ਹੈਗੇ ਨੇ। ਨੈਕਸਟ ਹੁਣ ਆਪਾਂ ਮਨੀ ਮਨਜੋਤ ਭਾਈ ਦਾ ਗਾਣਾ ਇੱਕ ਕਰਨਾ, ਰੋਮਾਂਟਿਕ ਗਾਣਾ ਹੈ। ਬਟ ਆਬਵੀਅਸਲੀ ਇਹ ਜਿਹੜਾ ਸਾਡਾ ਜਿੰਨਾ ਵੀ ਕੰਮ ਹੋਊਗਾ, ਉਹਦੀ ਇੱਕ ਸਾਹਿਤਕ ਇੱਕ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਕਰਨਾ ਹੈਗਾ ਕੰਮ, ਹਨਾ। ਚਾਹੇ ਉਹ ਕਮਰਸ਼ੀਅਲ ਵੀ ਹੈਗਾ, ਬਟ ਉਹ ਇੱਕ ਉਹ ਰਹੇਗਾ। ਔਰ ਅੱਗੇ ਆਉਣ ਵਾਲੇ ਸਮੇਂ ਨੇ ਕੀ ਹੈਗਾ, ਕਿਉਂਕਿ ਇਹ ਜਿਹੜਾ ਕੰਮ ਹੈਗਾ ਇੰਨੇ ਸਾਲਾਂ ਦੇ ਐਕਸਪੀਰੀਅੰਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਜਿਹੜਾ ਫੇਮ ਹੈਗਾ ਉਹ ਸ਼ਾਇਦ ਕੁਦਰਤ ਕਿਸੇ ਨੂੰ ਦਿੰਦੀ ਹੈ ਨਾ, ਉਹ ਜਿਹਨੂੰ ਦੇਣਾ ਹੈਗਾ ਉਹਨੂੰ ਦੇ ਦੇਣਾ। ਨਹੀਂ ਤੁਸੀਂ ਸਾਡਾ ਕੰਮ ਹੈਗਾ। ਨਹੀਂ ਤੁਸੀਂ ਹੁਣ ਦੇਖੋ, ਮੈਂ ਗੱਲ ਕਹਿਣਾ, ਹਰ ਗੀਤ ਤੁਸੀਂ ਗਾਇਆ ਤੁਹਾਡੇ ਨਾਲ ਬੰਦੇ ਜੁੜ ਗਏ, ਹਨਾ। ਹਰ ਗੀਤ ਜੋ ਤੁਸੀਂ ਗਾਉਂਦੇ ਆ ਤੁਹਾਡੇ ਨਾਲ ਕੁਝ ਬੰਦੇ ਨਵੇਂ ਜੁੜਦੇ ਆ। ਬਿਲਕੁਲ, ਇਹ ਇੱਕ ਜਰਨੀ ਆ। ਹੁਣ ਤੁਸੀਂ ਆਹ ਗੀਤ ਗਾਇਆ, ਅੰਬਰੇਸ ਗਾਇਆ, ਤੁਹਾਡੇ ਨਾਲ ਕਿੰਨੇ ਬੰਦੇ ਹੋਰ ਜੁੜ ਗਏ। ਸੋ ਇਹ ਦਾਇਰਾ ਚੱਲਦੇ ਰਹਿਣਾ ਚਾਹੀਦਾ। ਉਹ ਹੁਣ ਲੋਕਾਂ ਨੂੰ ਕਹਿ ਸਕਦੇ, ਜਿਹੜੇ ਜੋ ਅਸੀਂ ਸੁਣਦੇ ਆ, ਜੋ ਸਾਡੇ ਵਰਗਾ ਸਰਕਲ ਹੈਗੇ ਆ ਜਾਂ ਹੋਰ ਆ, ਤਾਂ ਸਾਡੀਆਂ ਐਕਸਪੈਕਟੇਸ਼ਨ ਵੀ ਤੁਹਾਡੇ ਤੋਂ ਵੱਧ ਜਾਣਗੀਆਂ ਵੀ ਯਾਰ ਹੁਣ ਹਸਰਤ ਦਾ ਅਗਲਾ ਗੀਤ ਕੀ ਆਉਂਦਾ, ਕਿੱਦਾਂ ਦਾ ਗਾਊਗਾ, ਹਨਾ, ਕਿਵੇਂ ਗਾਊਗਾ, ਹਨਾ। ਜੀ ਨਹੀਂ, ਉਹ ਦਾਇਰਾ ਹਮੇਸ਼ਾ ਰਹੇਗਾ ਭਾਜੀ। ਉਹ ਜਿੰਨਾ ਵੀ ਗਾਵਾਂਗੇ ਕੋਸ਼ਿਸ਼ ਕਰਾਂਗੇ ਕਿ ਉਹਨੂੰ ਚੰਗਾ ਸ਼ਬਦ ਹੀ, ਚੰਗਾ ਸਾਹਿਤ ਹੀ ਤੁਹਾਡੇ ਤੱਕ ਪਹੁੰਚਾਇਆ ਜਾਵੇ, ਤੇ ਉਹ ਹਮੇਸ਼ਾ ਰਹਿ ਕੇ ਉਹਦੇ ਚ ਗਾਹਾਂ ਵੀ ਜਿਹੜੇ ਅਗਲੇ ਪ੍ਰੋਜੈਕਟ ਹੈਗੇ, ਔਰ ਹੈ ਵੀ ਉਦਾਂ ਦੇ ਹੋਪਫੁਲੀ ਸਾਰਿਆਂ ਨੂੰ, ਸਾਰੇ ਤੁਹਾਨੂੰ ਪਸੰਦ ਆਉਣਗੇ। ਜੀ हज़रत मैनूं हुण ये दसो भी तुसीं जिहड़ा कह सकते हैं कि एक क्योंकि असीं नाल थोड़ी कमर्शियल भी गल करदे हुंदे आ कि तुसीं अपने शो वगैरह लगातार करदे हो, किसी ने जिहड़ा कह सकते हैं कि तुहाडी गायकी सुण ली होवे, बड़ी पसंद आई होवे, ओह कहंदे यार भी मैं हसरत नूं दे नाल एक कोई महफिल इदां करना जां इदां समागम करना चाहुंदे आ, पंजाब च आके तुसीं गाउंदे हो लगातार? बिल्कुल बिल्कुल भाई, हाँ जी, पंजाबी और मतलब पूरा भारत दर्शन हो गया मेरा सारा, क्योंकि अपना अपना दर्शक इस मौके पंजाबी है ना ज्यादातर। जी, ते किवें फिर तुहाडे नाल राबता किवें किसी ने जे किसी ने करना होवे किवें कर सकदा? ਭਾਈ ਉਹ ਸਾਡੇ ਸੋਸ਼ਲ ਮੀਡੀਆ ਜਿਹੜੇ ਹੈਂਡਲ ਹੈਗੇ ਉਹਦੇ ਤੇ ਸਾਰੇ ਕੰਟੈਕਟ ਨੰਬਰ ਹੈਗੇ ਆ, ਉੱਥੋਂ ਕੋਈ ਵੀ ਰਾਬਤਾ ਕਰ ਸਕਦਾ ਸਾਡੇ ਨਾਲ ਸਿੱਧਾ ਨਾ ਜੀ। ਤੇ ਹੁਣ ਆਖਰ ਦੇ ਵਿੱਚ ਅੰਬਰੇਸ਼ ਦੇ ਨਾਲ ਆਪਾਂ ਗੱਲਬਾਤ ਸਮਾਪਤ ਕਰਾਂਗੇ, ਉਹਨੂੰ ਇੱਕ ਵਾਰੀ ਕਿਉਂਕਿ ਅਸੀਂ ਦੂਜੂ ਤੋਂ ਸੁਣ ਲਿਆ, ਤੁਹਾਡੇ ਤੋਂ ਲਾਈਵ ਜੀ। ਖੁਸ਼ੀ ਅੰਦਰ ਵੀ ਹੁੰਦੀ ਏ ਨਚਾਉਂਦੇ ਢੋਲ ਨਹੀਂ ਕੱਲੇ, ਨਾ ਮਨ ਵਿੱਚ ਸਹਿਜਤਾ ਹੋਵੇ ਤਾਂ ਜਾਂਦੇ ਬੋਲ ਨਹੀਂ ਚੱਲੇ, ਨਜ਼ਰ ਰਮਣੀਕ ਨਾ ਹੋਵੇ ਤਾਂ ਸੋਹਣੀਆਂ ਥਾਵਾਂ ਨਹੀਂ ਹੁੰਦੀਆਂ, ਗਲੇ ਉਹਨਾਂ ਦੇ ਲੱਗ ਵੇਖੋ ਜਿਨ੍ਹਾਂ ਦੇ ਬਾਵਾਂ ਨਹੀਂ ਹੁੰਦੀਆਂ, ਉਹਨਾਂ ਦੇ ਗਲ ਨੂੰ ਲੱਗ ਵੇਖੋ ਜਿਨ੍ਹਾਂ ਦੇ ਬਾਵਾਂ ਨਹੀਂ ਹੁੰਦੀਆਂ। ਕੀ ਬਾਤ ਆ ਜੀ, ਬਹੁਤ ਵਧੀਆ। ਤੇ ਜਾਂਦੇ ਜਾਂਦੇ ਹੁਣ ਨਿਊਜ਼ੀਲੈਂਡ ਦੇ ਸਾਡੇ, ਕਿਉਂਕਿ ਅਸੀਂ ਨਿਊਜ਼ੀਲੈਂਡ ਬੇਸਡ ਆ, ਇੱਥੋਂ ਦੇ ਪੰਜਾਬੀ ਅਦਬ ਨੂੰ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਜਿਹੜੇ ਸਾਡੇ ਦਰਸ਼ਕ ਨੇ ਜਾਂ ਦੁਨੀਆ ਭਰ ਦੇ ਵਿੱਚ ਵੀ ਅੱਜ ਕੱਲ੍ਹ YouTube Facebook ਰਾਹੀਂ ਦੇਖਦੇ ਆ, ਤਾਂ ਉਹਨਾਂ ਨੂੰ ਕੀ ਸੁਨੇਹਾ ਜਾਂ ਕੀ ਗੱਲਬਾਤ ਕੀ ਜਜ਼ਬਾਤ ਉਹਨਾਂ ਨਾਲ ਕੀ ਸਾਂਝੇ ਕਰਨਾ ਚਾਹੁੰਦੇ ਜੀ? ਸੁਨੇਹਾ ਦੇਣ ਲਈ ਭਾਜੀ ਮੈਂ ਬਹੁਤ ਛੋਟਾ ਹਾਲੇ, ਬਟ ਮੇਰਾ ਇੱਕ ਬੇਨਤੀ ਹੈ, ਅੱਛਾ ਮਿਊਜ਼ਿਕ ਸੁਣੋ, ਅੱਛਾ ਸਾਹਿਤ ਸੁਣੋ, अच्छा अगर म्यूजिक सुनोगे तो अच्छे इंसान बनोगे, मेरे गुरुजी कहने होंगे। सो यही मैसेज है कि अच्छा म्यूजिक सुनो, अच्छा साहित्य पढ़ो और अपने गांव आने वाली जनरेशन को कुछ अच्छा दइए, जिनू मतलब सानू भी याद करन बाद कि यार कुछ अच्छा करके गए है ना जी। सो बहुत मेहरबानी हसरत, तो असी उम्मीद करते हैं कि जल्द कितने मेले गेले होणगे, बार्डर वाली करोना वाली पाबंदियां हटन कितने, तो कुछ ना कुछ इदा लाइव भी कितने सुनिया जाए। तो उम्मीद आ कि आने वाले समय के भी लगातारता के बहते रहोगे, लगातार कुछ ना कुछ लोगों को देंदे रहोगे, लगातार जिहड़ा कह सकते हैं कि ਜਿਹੜੇ ਕਹਿ ਸਕਦੇ ਕਿ ਸੁਰੀਲੀ ਗਾਇਕੀ ਸੁਣਨ ਵਾਲੇ ਲੋਕ ਆ ਉਹਨਾਂ ਨੂੰ ਕੁਝ ਨਾ ਕੁਝ ਵੱਖਰਾ ਮਿਲਦਾ ਰਹੇਗਾ। ਸੋ ਇਹਨਾਂ ਤਮਾਮ ਦੁਆਵਾਂ ਦੇ ਨਾਲ ਇਜਾਜ਼ਤ ਲੈਂਦੇ ਆ, ਫਿਰ ਜਲਦ ਕਿਤੇ ਮਿਲਣ ਦਾ ਵਾਅਦਾ ਵੀ ਕਰਦੇ ਆ ਜੀ। ਜ਼ਰੂਰ ਭਾਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਸੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਦੋਸਤੋ। ਇਹ ਸਨ ਹਸਰਤ ਜਿਨ੍ਹਾਂ ਨਾਲ ਕਿ ਗੱਲਬਾਤ ਕੀਤੀ, ਜਿਹੜੇ ਕਿ ਮੁੰਬਈ ਦੇ ਵਿੱਚ ਬੈਠੇ ਜਿਹੜੇ ਹੈਗੇ ਕਿ ਆਪਣੀ ਗਾਇਕੀ ਆਪਣਾ ਜਿਹੜਾ ਸਫ਼ਰ ਆ ਉਹ ਤੈਅ ਕਰ ਰਹੇ ਨੇ। ਸੋ ਉਹਨਾਂ ਦੇ तमाम ਗੀਤ ਜਿਹੜੇ ਨੇ ਉਹ बहुत रूह ਨੂੰ ਸਕੂਨ ਦੇਣ ਵਾਲੇ ਆ। ਤੁਸੀਂ ਹਸਰਤ ਦੇ YouTube ਚੈਨਲ ਦੇ ਉੱਤੇ ਜਾ ਕੇ ਤਕਰੀਬਨ 40-45 ਉਹਨਾਂ ਦੇ ਗੀਤ ਨੇ, ਉਹਨਾਂ ਨੂੰ ਸੁਣ ਸਕਦੇ ਆ। ਸਾਰੇ ਹੀ ਗੀਤ ਇੱਕ ਦੂਜੇ ਤੋਂ ਵੱਖਰੇ ਆ, ਸਾਰੇ ਹੀ ਬਹੁਤ ਆਨੰਦਿਤ ਕਰਨ ਵਾਲੇ ਆ। ਸੋ ਇਹਨਾਂ ਸ਼ਬਦਾਂ ਨਾਲ ਕਿ ਤੁਸੀਂ ਜ਼ਰੂਰ ਸੁਣੋਗੇ, ਇਹਨਾਂ ਸ਼ਬਦਾਂ ਨਾਲ ਮੈਨੂੰ ਤਰਨ ਦੀ ਬਿਲਾਸਪੁਰ ਨੂੰ ਦਿਓ ਇਜਾਜ਼ਤ ਤੇ ਦੱਸਿਓ ਸੰਵਾਦ ਪ੍ਰੋਗਰਾਮ ਕਿੱਦਾਂ ਦਾ ਲੱਗਿਆ। ਮਿਹਰਬਾਨੀ, ਸਤਿ ਸ੍ਰੀ ਅਕਾਲ।